हेलो डियर कैंडिडेट्स, एक बार फिर तो थोड़ा स्वागत है मेरे चैनल एजुकेशन सिंपलीफाइड बाय ओसीडीसी ते। वार्ड अटेंडेंट एग्जाम दी अगर तुसी भी कर रहे हो तैयारी तो थोड़े लिए वीडियो सीरीज़ मैं शुरू की हुई है। तो इस वीडियो सीरीज़ के अज के वीडियो आप अगेन डिस्कस करांगे 15 क्वेश्चन ते नाल उन्हां दे उत्तर। सो वीडियो नू पूरे ध्यान नाल देखो, बिना स्किप किए हर क्वेश्चन नू समझो। पहला क्वेश्चन है, हड्डी आदि टुटन ते लाए जाने वाले पदार्थ नू की कहिंदे हन। तो जो कोई एक्सीडेंट जां इंजुरी दे विच हड्डी टुट जाती है, ठीक है, तो उन्हें जोड़न दे लई जिहड़ा पदार्थ लगाया जाता उसनू की कहा जाता है। ऑप्शन पहली है सीमेंट, दूजी ऑप्शन है कास्ट, तीजी ऑप्शन है पलस्तर, तो चौथी ऑप्शन है स्कल्पचर। तो इहदा जिहड़ा सही उत्तर आएगा उन्हूं कहिंदे ने पलस्तर, ठीक है। POP ਹੁੰਦਾ ਹੈ, ਪਲਸਤਰ ਪਲਾਸਟਰ ਆਫ ਪੈਰਿਸ ਦਾ ਫਾਰਮੂਲਾ ਹੁੰਦਾ ਗਾ। ਪ੍ਰਸ਼ਨ ਨੰਬਰ 2, ਹੱਡੀ ਜੋੜਨ ਲਈ ਲਾਏ ਜਾਂਦੇ ਪਲਸਤਰ ਨੂੰ ਕੈਮੀਕਲ ਦੇ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ, ਕੈਮਿਸਟਰੀ ਜਿਹਨੂੰ ਕੀ ਕਹਿੰਦੇ ਨੇ। ਪਹਿਲੀ ਆਪਸ਼ਨ ਹੈ ਕੈਲਸ਼ੀਅਮ ਸਲਫੇਟ, ਦੂਜੀ ਆਪਸ਼ਨ ਹੈ ਕੈਲਸ਼ੀਅਮ ਕਾਰਬੋਨੇਟ, ਤੀਜੀ ਆਪਸ਼ਨ ਹੈ ਮੈਗਨੀਸ਼ੀਅਮ ਸਲਫੇਟ, ਅਤੇ ਚੌਥੀ ਆਪਸ਼ਨ ਹੈ ਹਾਈਡਰੇਟਡ ਕੈਲਸ਼ੀਅਮ ਸਲਫੇਟ। ਤਾਂ ਸਹੀ ਉੱਤਰ ਆਏਗਾ ਆਪਸ਼ਨ ਨੰਬਰ 4, ਹਾਈਡਰੇਟਡ ਕੈਲਸ਼ੀਅਮ ਸਲਫੇਟ। ਅਤੇ ਇਹਦਾ ਕੈਮੀਕਲ ਫਾਰਮੂਲਾ ਹੁੰਦਾ ਗਾ CaSO4, ਮਤਲਬ ਕੈਲਸ਼ੀਅਮ ਸਲਫੇਟ ਨਾਲ ਇਹਦੇ ਲੱਗਿਆ ਹੁੰਦਾ ਗਾ ਅੱਧਾ ਮੋਲੀਕਿਊਲ ਪਾਣੀ ਦਾ H2O, ਠੀਕ ਹੈ। ਤਾਂ ਇਹ ਯਾਦ ਰੱਖਣਾ। ਪ੍ਰਸ਼ਨ ਨੰਬਰ 3, ਹੇਠ ਲਿਖਿਆਂ ਵਿੱਚੋਂ ਕਿਹੜੀ ਪਲਸਤਰ ਦੀ ਕਿਸਮ ਹੈ। ਤਾਂ ਜਿਹੜਾ ਹੱਡੀਆਂ ਦੇ ਉੱਪਰ ਪਲਸਤਰ ਲਗਾਇਆ ਜਾਂਦਾ ਉਹਦੀਆਂ ਕੁਝ ਕਿਸਮਾਂ ਹੁੰਦੀਆਂ ਨੇ, ਠੀਕ ਹੈ। ਤਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਸਹੀ ਹੈ। ਪਹਿਲੀ ਆਪਸ਼ਨ ਹੈ ਵਾਸ਼ਪਰੂਫ, ਮਤਲਬ ਜਿਹਨੂੰ ਧੋਇਆ ਜਾ ਸਕਦਾ ਗਾ, ਠੀਕ ਹੈ, ਮਤਲਬ ਪਾਣੀ ਦੇ ਉੱਪਰ ਅਸਰ ਨਹੀਂ ਹੁੰਦਾ, ਵਾਟਰਪਰੂਫ ਹੁੰਦਾ ਇਹ। ਦੂਜੀ ਆਪਸ਼ਨ ਹੈ ਫੈਬਰਿਕ, ਅਤੇ ਤੀਜੀ ਆਪਸ਼ਨ ਹੈ ਬਲੂ ਪਲਸਤਰ, ਠੀਕ ਹੈ। ਤਾਂ ਇਹ ਦਾ ਜਿਹੜਾ ਉੱਤਰ ਆਏਗਾ ਸਹੀ ਉਹ ਆਏਗਾ ਉਪਰੋਕਤ ਸਾਰੇ, ਕਿਉਂਕਿ ਇਹ ਸਾਰੀਆਂ ਹੀ ਕਿਸਮਾਂ ਹਨ ਪਲਸਤਰ ਦੀਆਂ, ਅਤੇ ਅਲੱਗ ਅਲੱਗ ਜਗ੍ਹਾ ਦੇ ਉੱਪਰ ਇਹਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 4, ਹੇਠ ਲਿਖਿਆਂ ਵਿੱਚੋਂ ਸਫਿਗਨੋਮੈਨੋਮੀਟਰ ਦਾ ਪਾਰਟ ਕਿਹੜਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਫਿਗਨੋਮੈਨੋਮੀਟਰ ਇੱਕ ਇੰਸਟਰੂਮੈਂਟ ਆ ਜਿਹਦੇ ਨਾਲ ਬਲੱਡ ਪ੍ਰੈਸ਼ਰ ਨੂੰ ਮਾਪਿਆ ਜਾਂਦਾ ਗਾ, ਠੀਕ ਹੈ। ਤਾਂ ਪਹਿਲੀ ਆਪਸ਼ਨ ਹੈ ਕਫ, ਦੂਜੀ ਆਪਸ਼ਨ ਹੈ ਮੈਨੋਮੀਟਰ, ਤੀਜੀ ਆਪਸ਼ਨ ਹੈ ਸਟੈਥੋਸਕੋਪ, ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਸਹੀ ਉੱਤਰ ਆਏਗਾ ਉਪਰੋਕਤ ਸਾਰੇ। ਕਫ ਉਹ ਹੁੰਦੀ ਹੈ ਕਿ ਪਾਰਟ ਜਿਹਨੂੰ ਬਾਂਹ ਦੇ ਉੱਪਰ ਬੰਨਿਆ ਜਾਂਦਾ ਗਾ, ਮੈਨੋਮੀਟਰ ਜਿਹਦੇ ਨਾਲ ਪ੍ਰੈਸ਼ਰ ਨੂੰ ਮਾਪਿਆ ਜਾਂਦਾ ਗਾ, ਅਤੇ ਸਟੈਥੋਸਕੋਪ ਦੇ ਨਾਲ ਪਲਸ ਜਿਹੜੀ ਹੈਗੀ ਉਹ ਚੈੱਕ ਕੀਤੀ ਜਾਂਦੀ ਹੈ, ਠੀਕ ਹੈ। ਮਤਲਬ ਮੈਨੋਮੀਟਰ ਦੇ ਵਿੱਚ ਪ੍ਰੈਸ਼ਰ ਨੂੰ ਬਿਲਡ ਕੀਤਾ ਜਾਂਦਾ ਹਵਾ ਭਰ ਕੇ, ਠੀਕ ਹੈ, ਕਫ ਬੰਨ੍ਹੀ ਜਾਂਦੀ ਹੈ ਬਾਂਹ ਦੇ ਉੱਪਰ, ਅਤੇ ਸਟੈਥੋ ਨਾਲ ਨਬਜ਼ ਨੂੰ ਚੈੱਕ ਕੀਤਾ ਜਾਂਦਾ ਗਾ ਪਲਸ ਨੂੰ। ਪ੍ਰਸ਼ਨ ਨੰਬਰ 5, ਪੱਟੀਆਂ ਅਤੇ ਡਰੈਸਿੰਗ ਦੌਰਾਨ ਵਰਤੀ ਜਾਣ ਵਾਲੀ ਕੋਟਨ ਨੂੰ ਕੀ ਕਿਹਾ ਜਾਂਦਾ ਹੈ। ਤਾਂ ਇਹ ਸਪੈਸ਼ਲ ਕੋਟਨ ਹੁੰਦੀ ਹੈ ਜਿਹੜੀ ਡਾਕਟਰ ਦੁਆਰਾ ਯੂਜ਼ ਕੀਤੀ ਜਾਂਦੀ ਹੈਗੀ, ਤਾਂ ਉਹਨੂੰ ਕੀ ਕਹਿੰਦੇ ਨੇ, ਬਾਇਓ ਕੋਟਨ, ਸਿੰਥੈਟਿਕ ਕੋਟਨ, ਐਬਜ਼ੋਰਬੈਂਟ ਕੋਟਨ, ਜਾਂ ਫਿਰ ਉਪਰੋਕਤ ਸਾਰੇ। ਤਾਂ ਸਹੀ ਉੱਤਰ ਇਸ ਪ੍ਰਸ਼ਨ ਦਾ ਆਏਗਾ ਐਬਜ਼ੋਰਬੈਂਟ ਕੋਟਨ। ਐਬਜ਼ੋਰਬੈਂਟ ਦਾ ਮਤਲਬ ਜਿਹੜੀ ਜਿਹਦੇ ਵਿੱਚ ਬਲੱਡ ਆਦਿ ਨੂੰ ਸੋਖਣ ਦੀ ਕੈਪੇਬਿਲਟੀ ਜ਼ਿਆਦਾ ਹੋਵੇ, ਤਾਂ ਉਹਨੂੰ ਕਹਿੰਦੇ ਨੇ ਐਬਜ਼ੋਰਬੈਂਟ, ਓਕੇ। ਪ੍ਰਸ਼ਨ ਨੰਬਰ 6, ਡਾਇਲਿਸਿਸ ਮਸ਼ੀਨ ਕਿਸ ਸਿਧਾਂਤ ਉੱਪਰ ਕੰਮ ਕਰਦੀ ਹੈ। ਠੀਕ ਹੈ ਜੀ, ਡਾਇਲਿਸਿਸ ਕੀਤੀ ਜਾਂਦੀ ਹੈਗੀ ਉਹ ਵਾਲੇ ਪੇਸ਼ੈਂਟ ਦੀ ਜਿਹਦੀ ਕਿਡਨੀ ਮਤਲਬ ਗੁਰਦੇ ਖਰਾਬ ਹੋ ਜਾਂਦੇ ਨੇ, ਤਾਂ ਉਹਦੇ ਗੁਰਦੇ ਖੂਨ ਨੂੰ ਫਿਲਟਰ ਨਹੀਂ ਕਰ ਪਾਉਂਦੇ, ਤਾਂ ਉਹਦੇ ਲਈ ਡਾਇਲਿਸਿਸ ਕੀਤੀ ਜਾਂਦੀ ਹੈ। ਤਾਂ ਪ੍ਰਿੰਸੀਪਲ ਉਹਦਾ ਕੀ ਹੋਵੇਗਾ, ਪਹਿਲੀ ਆਪਸ਼ਨ ਹੈ ਐਡਹੀਜ਼ਨ, ਦੂਜੀ ਆਪਸ਼ਨ ਹੈ ਡਿਫਿਊਜ਼ਨ, ਤੀਜੀ ਹੈ ਓਸਮੋਸਿਸ, ਚੌਥੀ ਹੈ ਰਿਵਰਸ ਓਸਮੋਸਿਸ। ਤਾਂ ਸਹੀ ਉੱਤਰ ਦਾ ਆਏਗਾ ਰਿਵਰਸ ਓਸਮੋਸਿਸ। ਪ੍ਰਸ਼ਨ ਨੰਬਰ 7, ਟੀਕਾ ਲਗਾਉਣ ਲਈ ਵਰਤੀਆਂ ਜਾਂਦੀਆਂ ਸੂਈਆਂ ਦੇ ਕਿਹੜੇ ਕਿਹੜੇ ਨੰਬਰ ਹੁੰਦੇ ਹਨ। ਠੀਕ ਹੈ ਜੀ, ਟੀਕਾ ਲਗਾਉਣ ਦੇ ਲਈ ਜਿਹੜੀਆਂ ਵੀ ਸੂਈਆਂ ਵਰਤੀਆਂ ਜਾਂਦੀਆਂ ਨੇ ਉਹਨਾਂ ਦੇ ਇੱਕ ਸਪੈਸ਼ਲ ਨੰਬਰ ਹੁੰਦੇ ਨੇਗੇ, ਤਾਂ ਉਹ ਨੰਬਰ ਕਿਹੜੇ ਕਿਹੜੇ ਹੁੰਦੇ ਨੇ। ਪਹਿਲੀ ਆਪਸ਼ਨ ਹੈ 14, 15, 16 ਅਤੇ 18, ਦੂਜੀ ਆਪਸ਼ਨ ਹੈ 20, 21 ਅਤੇ 22, ਤੀਜੀ ਆਪਸ਼ਨ ਹੈ 23, 25 ਅਤੇ 27, ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਇਹ ਸਾਰੇ ਹੀ ਨੰਬਰ ਦੀਆਂ ਅਲੱਗ ਅਲੱਗ ਸੂਈਆਂ ਵਰਤੀਆਂ ਜਾਂਦੀਆਂ ਨੇ ਅਲੱਗ ਅਲੱਗ ਲੋੜ ਅਨੁਸਾਰ। ਪ੍ਰਸ਼ਨ ਨੰਬਰ 8, ਹਸਪਤਾਲ ਵਿੱਚ ਵਰਤੀਆਂ ਜਾਂਦੀਆਂ ਸੂਈਆਂ ਦੇ ਨੰਬਰ ਜਿਵੇਂ ਕਿ 14, 15, 16,
18 20 21 22 23 25 ਤੇ 27 ਆਦਿ ਦਾ ਯੂਨਿਟ ਕੀ ਹੈ, ਮਤਲਬ ਇਹ ਨੰਬਰ ਕੀ ਇੰਡੀਕੇਟ ਕਰਦੇ ਨੇ। ਪਹਿਲੀ ਆਪਸ਼ਨ ਹੈ ਇੰਚ, ਦੂਜੀ ਆਪਸ਼ਨ ਹੈ ਸੈਂਟੀਮੀਟਰ, ਤੀਜੀ ਆਪਸ਼ਨ ਹੈ ਮਿਲੀਮੀਟਰ, ਚੌਥੀ ਆਪਸ਼ਨ ਹੈ ਗੌਸ। ਤਾਂ ਜਿਹੜੀ ਇਹ ਸੂਈਆਂ ਦਾ ਨੰਬਰ ਹੁੰਦਾ ਇਹਨੂੰ ਗੌਸ ਕਹਿੰਦੇ ਨੇ। 14 ਗੌਸ, 15 ਗੌਸ ਤੋਂ ਲੈ ਕੇ 27 ਗੌਸ ਤੱਕ ਅਲੱਗ ਅਲੱਗ ਸਾਈਜ਼ ਦੀਆਂ ਨੀਡਲਸ ਹੁੰਦੀਆਂ ਨੇ, ਠੀਕ ਹੈ। ਪ੍ਰਸ਼ਨ ਨੰਬਰ 9, ਬਾਲਗਾਂ ਦੇ ਟੀਕਾ ਲਗਾਉਣ ਲਈ ਬਾਲਗਾਂ ਦੇ ਇੰਟਰਾ ਮਸਕਿਊਲਰ ਟੀਕਾ ਲਾਉਣ ਦੇ ਲਈ, ਮਤਲਬ ਮਸਲ ਦੇ ਵਿੱਚ ਟੀਕਾ ਲਾਉਣ ਲਈ ਕਿੰਨੇ ਗੌਜ਼ ਨੀਡਲ ਵਰਤੀ ਜਾਂਦੀ ਹੈ ਅਤੇ ਉਸਦੀ ਲੰਬਾਈ ਕਿੰਨੀ ਹੁੰਦੀ ਹੈ, ਠੀਕ ਹੈ। ਪਹਿਲੀ ਆਪਸ਼ਨ ਹੈ 21 ਤੋਂ 23 ਅਤੇ 1.5 ਇੰਚ, ਦੂਜੀ ਆਪਸ਼ਨ ਹੈ 15 ਤੋਂ 18 1 ਇੰਚ, ਤੀਜੀ ਆਪਸ਼ਨ ਹੈ 21 ਤੋਂ 23 1 ਇੰਚ, ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਤਾਂ ਸਹੀ ਉੱਤਰ ਆਏਗਾ 21 ਤੋਂ 23 ਅਤੇ 1.5 ਇੰਚ ਉਹਦੀ ਲੈਂਥ ਹੁੰਦੀ ਹੈਗੀ ਸੂਈ ਦੀ, ਜਿਹੜੀ ਬਾਲਗਾਂ ਦੇ ਟੀਕਾ ਲਾਉਣ ਲਈ ਵਰਤੀ ਜਾਂਦੀ ਹੈ। ਪ੍ਰਸ਼ਨ ਨੰਬਰ 10, 25 ਅਤੇ 27 ਗੌਜ਼ ਸੂਈ 1 ਇੰਚ ਲੰਬੀ ਕਿੱਥੇ ਵਰਤੀ ਜਾਂਦੀ ਹੈ? ਪਹਿਲੀ ਆਪਸ਼ਨ ਹੈ ਬਾਲਗਾਂ ਦੇ ਟੀਕਾ ਲਗਾਉਣ ਲਈ, ਦੂਜੀ ਆਪਸ਼ਨ ਹੈ ਬੱਚਿਆਂ ਦੇ ਟੀਕਾ ਲਗਾਉਣ ਲਈ, ਤੀਜੀ ਆਪਸ਼ਨ ਹੈ ਬਾਲਗਾਂ ਅਤੇ ਬੱਚਿਆਂ ਦੋਵਾਂ ਦੇ ਟੀਕਾ ਲਗਾਉਣ ਲਈ, ਚੌਥੀ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਸਹੀ ਉੱਤਰ ਆਏਗਾ ਕਿ 25 ਅਤੇ 27 ਗੌਜ਼ ਜਿਹੜੀ ਸੂਈ ਹੁੰਦੀ ਹੈ ਅਤੇ 1 ਇੰਚ ਲੰਬੀ ਹੁੰਦੀ ਹੈ, ਇਹ ਸੂਈ ਬੱਚਿਆਂ ਦੇ ਇੰਜੈਕਸ਼ਨ ਲਗਾਉਣ ਦੇ ਲਈ ਵਰਤੀ ਜਾਂਦੀ ਹੈ, ਠੀਕ ਹੈ ਜੀ। 25 ਅਤੇ 27 ਦਾ ਮਤਲਬ ਕੀ ਹੈ? ਇਹ ਗੌਜ਼ ਹੈ, ਮਤਲਬ ਸਾਈਜ਼ ਹੈ ਸੂਈ ਦਾ, ਕਲੀਅਰ। ਪ੍ਰਸ਼ਨ ਨੰਬਰ 11, ਚਮੜੀ ਦੀ ਉੱਪਰ ਵਾਲੀ ਸਤਾ ਵਿੱਚ ਟੀਕਾ ਲਗਾਉਣ ਨੂੰ ਕਿਹੜੀ ਸੂਈ ਵਰਤੀ ਜਾਂਦੀ ਹੈ? ਤਾਂ ਜਦੋਂ ਆਪਾਂ ਸਿਰਫ ਚਮੜੀ ਦੀ ਉੱਪਰ ਵਾਲੀ ਸਤਾ 'ਚ ਟੀਕਾ ਲਾਉਣਾ ਹੋਵੇ ਤਾਂ ਉਹਨੂੰ ਸਬਕੁਟੇਨੀਅਸ ਇੰਜੈਕਸ਼ਨ ਕਿਹਾ ਜਾਂਦਾ ਹੈ। ਤਾਂ ਪਹਿਲੀ ਆਪਸ਼ਨ ਹੈ 21 ਤੋਂ 23 ਗੌਜ਼, ਦੂਜੀ ਆਪਸ਼ਨ ਹੈ 15 ਅਤੇ 27 ਵਿੱਚੋਂ ਕੋਈ ਵੀ, ਤੀਜੀ ਆਪਸ਼ਨ ਹੈ 15 ਤੋਂ 18 ਗੌਜ਼, ਚੌਥੀ ਆਪਸ਼ਨ ਹੈ 25 ਅਤੇ 27 ਗੌਜ਼। ਤਾਂ ਸਬਕੁਟੇਨੀਅਸ ਟੀਕਾ ਲਾਉਣ ਦੇ ਲਈ, ਮਤਲਬ ਉੱਪਰ ਵਾਲੀ ਸਤਾ 'ਚ ਟੀਕਾ ਲਾਉਣ ਲਈ 25 ਅਤੇ 27 ਗੌਜ਼ ਨੀਡਲ ਵਰਤੀ ਜਾਂਦੀ ਹੈ। ਪ੍ਰਸ਼ਨ ਨੰਬਰ 12, ਬਿਨਾਂ ਟੱਚ ਕੀਤੇ ਮਰੀਜ਼ ਦਾ ਬੁਖਾਰ ਚੈੱਕ ਕਰਨ ਲਈ ਵਰਤੇ ਜਾਂਦੇ ਥਰਮਾਮੀਟਰ ਨੂੰ ਕੀ ਕਿਹਾ ਜਾਂਦਾ ਹੈ? ਪਹਿਲੀ ਆਪਸ਼ਨ ਹੈ ਟੱਚਲੈਸ ਥਰਮਾਮੀਟਰ, ਦੂਜੀ ਆਪਸ਼ਨ ਹੈ ਡਿਜੀਟਲ ਥਰਮਾਮੀਟਰ, ਤੀਜੀ ਆਪਸ਼ਨ ਹੈ ਕੋਵਿਡ ਥਰਮਾਮੀਟਰ ਅਤੇ ਚੌਥੀ ਆਪਸ਼ਨ ਹੈ ਇਨਫਰਾ ਰੈੱਡ ਥਰਮਾਮੀਟਰ। ਤਾਂ ਕਰੋਨਾ ਟਾਈਮ ਦੇ ਦੌਰਾਨ ਕਿਸੇ ਨੂੰ ਬਿਨਾਂ ਟੱਚ ਕੀਤੇ ਇਨਫਰਾ ਰੈੱਡ ਥਰਮਾਮੀਟਰ ਦੇ ਨਾਲ ਬੁਖਾਰ ਮਾਪਿਆ ਜਾਂਦਾ ਹੈ। ਤਾਂ ਇਸਦਾ ਸਹੀ ਉੱਤਰ ਆ ਗਿਆ ਇਨਫਰਾ ਰੈੱਡ ਥਰਮੋਮੀਟਰ। ਪ੍ਰਸ਼ਨ ਨੰਬਰ 13, ਸਰੀਰ ਵਿੱਚ ਆਕਸੀਜਨ ਦੀ ਮਾਤਰਾ ਜਾਂਚਣ ਲਈ ਵਰਤੇ ਜਾਂਦੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ? ਪਹਿਲੀ ਆਪਸ਼ਨ ਹੈ ਪਲਸ ਮੀਟਰ, ਦੂਜੀ ਆਪਸ਼ਨ ਹੈ ਬੈਰੋਮੀਟਰ, ਤੀਜੀ ਆਪਸ਼ਨ ਹੈ ਆਕਸੀਜਨ ਮੀਟਰ ਅਤੇ ਚੌਥੀ ਆਪਸ਼ਨ ਹੈ ਆਕਸੀਮੀਟਰ, ਠੀਕ ਹੈ ਜੀ। ਤਾਂ ਇਹ ਵੀ ਤੁਸੀਂ ਕਰੋਨਾ ਦੌਰਾਨ ਜ਼ਰੂਰ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਜਿਹੜੇ ਸੰਕ੍ਰਮਿਤ ਮਰੀਜ਼ ਸੀਗੇ ਉਹਨਾਂ ਦੀ ਆਕਸੀਜਨ ਘੱਟ ਗਈ ਸੀ, ਘੱਟਦੀ ਹੈ ਮਤਲਬ, ਤਾਂ ਉਹਦੇ ਲਈ ਯੂਜ਼ ਕੀਤਾ ਜਾਂਦਾ ਹੈ ਆਕਸੀਮੀਟਰ, ਠੀਕ ਹੈ। ਪ੍ਰਸ਼ਨ ਨੰਬਰ 14, ਡਾਕਟਰ ਮਰੀਜ਼ ਦੀਆਂ ਅੱਖਾਂ, ਚਮੜੀ, ਮੂੰਹ ਆਦਿ ਦੇ ਅੰਦਰ ਜਾਂਚ ਕਰਦੇ ਹੋਏ ਕੀ ਦੇਖਣ ਦੀ ਕੋਸ਼ਿਸ਼ ਕਰਦੇ ਹਨ? ਪਹਿਲੀ ਆਪਸ਼ਨ ਹੈ ਬਿਮਾਰੀ ਦੇ ਲੱਛਣ, ਦੂਜੀ ਆਪਸ਼ਨ ਹੈ ਬਿਮਾਰੀ ਦੇ ਚਿੰਨ੍ਹ, ਤੀਜੀ ਆਪਸ਼ਨ ਹੈ ਦੋਵੇਂ, ਚੌਥੀ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਸਹੀ ਉੱਤਰ ਆਏਗਾ ਬਿਮਾਰੀ ਦੇ ਚਿੰਨ੍ਹ। ਇਹ ਚਿੰਨ੍ਹ ਅਤੇ ਲੱਛਣ ਅਲੱਗ ਅਲੱਗ ਚੀਜ਼ ਹੈ, ਠੀਕ ਹੈ। ਜੋ ਡਾਕਟਰ ਦੇਖਦੇ ਨੇ ਉਹ ਚਿੰਨ੍ਹ ਹੁੰਦੇ ਨੇ, ਜੋ ਮਰੀਜ਼ ਖੁਦ ਦੱਸਦਾ ਗਾ ਉਹ ਬਿਮਾਰੀ ਦੇ ਲੱਛਣ ਹੁੰਦੇ ਨੇ। ਲੱਛਣ ਨੂੰ ਸਿਮਟਮ ਕਹਿੰਦੇ ਨੇ ਅਤੇ ਚਿੰਨ੍ਹ ਨੂੰ ਸਾਈਨਸ ਕਹਿੰਦੇ ਨੇ। ਪ੍ਰਸ਼ਨ ਨੰਬਰ 15, ਦਰਦ, ਘਬਰਾਹਟ, ਚਿੰਤਾ ਆਦਿ ਬਿਮਾਰੀ ਦੇ ਕੀ ਹਨ? ਹੁਣ ਦੇਖੋ ਇਹ ਕੀ ਹੈਗਾ ਕਿ ਮਰੀਜ਼ ਖੁਦ ਦੱਸੇਗਾ ਕਿ ਉਹਨੂੰ ਘਬਰਾਹਟ ਹੋ ਰਹੀ ਹੈ, ਦਰਦ ਹੋ ਰਿਹਾ ਜਾਂ ਚਿੰਤਾ ਹੋ ਰਹੀ ਹੈ, ਇਹ ਡਾਕਟਰ ਨੂੰ ਨਹੀਂ ਦਿਖੇਗਾ, ਠੀਕ ਹੈ। ਤਾਂ ਆਪਾਂ ਨੂੰ ਕੀ ਕਹਾਂਗੇ, ਲੱਛਣ, ਚਿੰਨ੍ਹ ਜਾਂ ਦੋਵੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹ ਜਦੋਂ ਪੇਸ਼ੈਂਟ ਖੁਦ ਦੱਸੇਗਾ ਤਾਂ ਆਪਾਂ ਇਹਨੂੰ ਲੱਛਣ ਕਹਾਂਗੇ, ਮਤਲਬ ਸਿਮਟਮਸ ਕਹਾਂਗੇ। ਸੋ ਇਹ ਧਿਆਨ ਰੱਖਣਾ ਕਿ ਜੋ ਮਰੀਜ਼ ਖੁਦ ਦੱਸਦਾ ਹੈ ਉਹਨੂੰ ਆਪਾਂ ਸਿਮਟਮਸ ਕਹਿੰਦੇ ਹਾਂ, ਮਤਲਬ ਲੱਛਣ ਕਹਿੰਦੇ ਹਾਂ। ਜੋ ਡਾਕਟਰ ਦੁਆਰਾ ਚੈੱਕ ਕੀਤੇ ਜਾਂਦੇ ਹਨ ਉਹਨੂੰ ਆਪਾਂ ਸਾਈਨਸ, SIGNS, ਮਤਲਬ ਚਿੰਨ੍ਹ ਕਹਿੰਦੇ ਹਾਂ, ਠੀਕ ਹੈ। ਤਾਂ ਉਮੀਦ ਕਰਦਾ ਗਾ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਕੱਲ੍ਹ ਮੈਂ ਤੁਹਾਡੇ ਲਈ ਫਸਟ ਏਡ ਦੇ ਉੱਪਰ ਇੱਕ ਵੀਡੀਓ ਅਪਲੋਡ ਕਰਾਂਗਾ। ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰਨਾ ਨਾ ਭੁੱਲੋ। ਥੈਂਕ ਯੂ।